ਸੁਡਾਣੀ ਧਾਮ ਦੇ ਮੇਲੇ ਤੋਂ ਵਾਪਸ ਆ ਰਹੇ ਨੇ। ਰਸਤੇ ਦੇ ਵਿੱਚ ਹਨੇਰਾ ਹੋਇਆ ਮਹਾਰਾਜ ਭੂਰੀ ਵਾਲਿਆਂ ਨੂੰ, ਕਿਸੇ ਦੇ ਘਰ ਵਿੱਚ ਰਾਤ ਕੱਟਣ ਵਾਸਤੇ ਨਹੀਂ ਜਾਂਦੇ। ਭਿਕਸ਼ਾ ਲੈ ਕੇ ਮਹਾਰਾਜ ਭੂਰੀ ਵਾਲਿਆਂ ਨੇ ਭੋਜਨ ਪਾਇਆ, ਉਸ ਤੋਂ ਬਾਅਦ ਝਾੜੀਆਂ ਦੇ ਵਿੱਚ ਬੈਠ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਹਰੀ ਨਾਰਾਇਣ ਕਰ ਰਹੇ ਨੇ। ਐਸੀ ਲੀਲਾ ਪਰਮ ਪਿਤਾ ਪਰਮਾਤਮਾ ਦੀ ਹੋਈ ਕਿ ਉਸੇ ਪਿੰਡ ਵਿੱਚ ਰਾਤ ਨੂੰ ਚੋਰੀ ਹੋ ਜਾਂਦੀ ਹੈ। ਪਿੰਡ ਵਾਲੇ ਪੁਲਿਸ ਨੂੰ ਇਤਲਾਹ ਕਰਦੇ ਨੇ, ਪੁਲਿਸ ਵਾਲੇ ਆ ਕੇ ਜਦੋਂ ਇਸ ਗੱਲ ਦੀ ਪੁੱਛਤਾਛ ਕਰਦੇ ਨੇ ਕਿ ਚੋਰੀ ਹੋਈ ਕਿਵੇਂ, ਜਦੋਂ ਪਿੰਡ ਤੋਂ ਬਾਹਰ ਆਇਆ ਕੀ ਦੇਖਦੇ ਨੇ, ਇੱਕ ਬਹੁਤ ਸੁੰਦਰ ਸਰੂਪ, ਜਿਸ ਤਰ੍ਹਾਂ ਉਹ ਨਜ਼ਾਰਾ ਹੈ ਮਾਈਕ ਤੇ ਦੇਖੋ ਸਵਾਮੀ ਜੀ, ਇਸ ਤਰ੍ਹਾਂ ਦਾ ਸੁੰਦਰ ਸਰੂਪ ਸੀ ਮਹਾਰਾਜ ਭੂਰੀ ਵਾਲਿਆਂ ਦਾ, ਇਸੇ ਤਰ੍ਹਾਂ ਉੱਚਾ ਕੱਦ। ਔਰ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਜਿਹੜਾ ਬਾਬਾ ਹੈ ਚੋਰ ਹੈ, ਇਹਨੇ ਪਗਵੇਂ ਬਾਣੇ ਪਾਏ ਨੇ। ਪੁਲਿਸ ਵਾਲਿਆਂ ਦੀ ਤੇ ਮਹਾਰਾਜ ਭੂਰੀ ਵਾਲਿਆਂ ਦੀ ਉੱਥੇ ਵਾਰਤਾਲਾਪ ਹੁੰਦੀ ਆਪਸ ਵਿੱਚ, ਸਵਾਲ ਜਵਾਬ ਭਜਨ ਦੇ ਰਾਹੀਂ ਆਪਣੇ ਪ੍ਰੇਮ ਦੇ ਨਾਲ। ਬੋਲੋ ਬੰਦੀ ਛੋੜ ਮਹਾਰਾਜ ਕੀ, ਵਿੱਚ ਆਹ ਵੱਲ ਜਰਾ ਘੱਟ ਖਿਆਲ ਕਰਿਓ, ਆਪਾਂ ਬਾਅਦ ਚ ਦੁੱਧ ਪੀਣਾ ਬਹੁਤ ਪਿਆ। ਮੇਰੀ ਗੱਲ ਪੱਟਾ ਤੇਰੇ ਨਾਮ ਵਾਲਾ, ਤੇ ਮੈਨੂੰ ਕੌਣ ਗਰੀਬ ਨੂੰ ਜਾਣਦਾ ਏ। ਬਾਬਾ ਜੀ ਇੱਧਰ ਆ ਜਾਓ ਸਾਹਮਣੇ, ਜਿਹਨੂੰ ਅੱਖ ਤਾਂ ਫੇਰ ਲੂੰ, ਚਾਦਰ ਚਾਦਰ ਲੈ ਲੈ। ਤੇਰਾ ਨਾਮ ਲੈ ਕੇ ਮੈਂ ਲੰਘ ਪਾਰ ਜਾਵਾਂ, ਤੇ ਮੈਨੂੰ ਆਸਰਾ ਤੇਰੇ ਨਾਮ ਦਾ। ਮੁੱਖ ਵਿੱਚ ਰਾਮ, ਬਗਲ ਵਿੱਚ ਛੁਰੀਆਂ, ਮੁੱਖ ਵਿੱਚ ਰਾਮ, ਬਗਲ ਵਿੱਚ ਛੁਰੀਆਂ, ਨੀ ਤੂੰ ਕੈਸਾ ਭੇਸ ਬਣਾਇਆ। ਮਹਾਰਾਜ ਭੂਰੀ ਵਾਲਿਆਂ ਨੂੰ ਕਿਹਾ ਸੀ ਚੋਰਾਂ ਨੇ ਬਾਬਾ ਜੀ, ਮੁੱਖ ਵਿੱਚ ਰਾਮ, ਬਗਲ ਵਿੱਚ ਛੁਰੀਆਂ, ਨੀ ਕੈਸਾ ਭੇਸ ਬਣਾਇਆ, ਗਲ ਵਿੱਚ ਪਾ ਕੇ ਫਗਵਾ ਵਾਣਾ, ਨੀ ਤੂੰ ਸਾਡੇ ਪਿੰਡ ਵਿੱਚ ਡਾਕਾ ਲਾਇਆ। ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਵੇ, ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਵੇ, ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਏ, ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਏ। ਹੱਥ ਵਿੱਚ ਚਿੱਪੀ ਮੋਢੇ ਪੂਰੀ ਕੈਸਾ ਭੇਸ ਬਣਾਇਆ ਏ, ਹੱਥ ਵਿੱਚ ਚਿੱਪੀ ਮੋਢੇ ਪੂਰੀ ਕੈਸਾ ਭੇਸ ਬਣਾਇਆ ਏ, ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਏ, ਤੂੰ ਦਿਨ ਰਾਤ ਮਾਰਦਾ ਡਾਕੇ ਪਗਮਾ ਵਾਰਾ ਪਾਇਆ ਏ, ਐਵੇਂ ਤੰਗ ਨਾ ਕਿਸੇ ਨੂੰ ਕਰੀਏ, ਐਵੇਂ ਤੰਗ ਨਾ ਕਿਸੇ ਨੂੰ ਕਰੀਏ। ਮਹਾਰਾਜ ਭੂਰੀ ਵਾਲੇ ਕਹਿ ਰਹੇ ਕਿਉਂ, ਸੱਚੇ ਰੱਬ ਦੇ ਕੋਲੋਂ ਡਰੀਏ, ਸੱਚੇ ਰੱਬ ਦੇ ਕੋਲੋਂ ਡਰੀਏ, ਪੌਣੀ ਪਊ ਮੁਸੀਬਤ ਬੜੀਏ, ਸੱਚਦੇ ਹੋਣ ਤਾਰੇ ਜੀ, ਸਾਨੂੰ ਕਾਹਨੂੰ ਪਾ ਲਿਆ ਤੇਰਾ ਪਿੰਡ ਦੇ ਆ ਗਏ ਸਾਰੇ ਜੀ, ਅੱਗੋਂ ਫਿਰ ਪੁਲਿਸ ਵਾਲੇ ਕਹਿੰਦੇ ਨੇ ਬਾਬਾ ਜੀ ਨੂੰ ਕੀ ਕਹਿੰਦੇ ਨੇ, ਸਾਡੇ ਪਿੰਡ ਵਿੱਚ ਚੋਰੀ ਕਰਕੇ, ਸਾਡੇ ਪਿੰਡ ਵਿੱਚ ਚੋਰੀ ਕਰਕੇ, ਉਹ ਖੜਗਿਓ ਪੇੜ ਦੇ ਥੱਲੇ ਡਰਕੇ, ਖੜਗਿਓ ਪੇੜ ਦੇ ਥੱਲੇ ਡਰਕੇ, ਹੁਣ ਕਿਉਂ ਕਰਦਾ ਅੜੀਆਂ ਵੇ, ਬਾਬਾ ਲੈ ਚੱਲੀਏ ਤੈਨੂੰ ਥਾਣੇ, ਹੱਥ ਲਗਾ ਕੇ ਕੜੀਆਂ ਵੇ, ਬਾਬਾ ਲੈ ਚੱਲੀਏ ਤੈਨੂੰ ਥਾਣੇ, ਹੱਥ ਲਗਾ ਕੇ ਕੜੀਆਂ ਵੇ, ਬਾਬਾ ਲੈ ਚੱਲੀਏ ਤੈਨੂੰ ਥਾਣੇ, ਹੱਥ ਲਗਾ ਕੇ ਕੜੀਆਂ ਵੇ, ਬਾਬਾ ਲੈ ਚੱਲੀਏ ਤੈਨੂੰ ਥਾਣੇ, ਹੱਥ ਲਗਾ ਕੇ ਕੜੀਆਂ ਵੇ, ਬਾਬਾ ਲੈ ਚੱਲੀਏ ਤੈਨੂੰ ਥਾਣੇ, ਹੱਥ ਲਗਾ ਕੇ ਕੜੀਆਂ ਵੇ।
फिर महाराज भूरी वाले कहते ने वो सच्ची गल अखा लो मन जी 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 देओ हाथ पेड़ नाल बन 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 जी जा दिल चाहे खोलो जी सजा दे दियो जिन्नी मर्जी पर मंदा ना बोलो जी सजा दे दियो जिन्नी मर्जी पर मंदा ना बोलो जी देखो खेड की सच्चे रब दी देखो खेड की सच्चे रब दी यो से बेले लगी पिंडी अग जी यो से बेले लगी पिंडी अग जी मच गई हालत हाई जी सारे चरनी गुरां दे पै गए साडी जान बचायो जी सारे सारे चरनी गुरां दे पै गए साडी जान बचायो जी सारे चरनी गुरां दे पै गए साडी जान बचायो जी दिल बिच रहम गुरां दे आया 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 यकते गंगा जल छिड़काया यकते गंगा जल छिड़काया यकते गंगा जल छिड़काया यकते गंगा जल छिड़काया बंद हो गईयां लाटां ने देखो कैसा के डर चाया पूरी वाले संतां ने देखो कैसा के डर चाया पूरी वाले संतां ने देखो कैसा के डर चाया पूरी वाले संतां ने बोलो बंदी छोड़ महाराज की जय।